sallallahu alayka ya rasulallah sallallahu alayka ya habiballah ya rasulallah ya habiballah sallallahu alayka ya rasulallah sallallahu alayka ya habiballah ya rasulallah ya habiballah A'udhu billahi minash shaitanir rajeem bismillahir rahmanir rahim mere dosto te mere islami bhai bhrao ਜਿਹੜਾ ਤੁਸੀਂ ਕਹਿੰਦੇ ਹੋ ਬਾਬਾ ਜੀ ਐਸਾ ਅਮਲ ਹੋਣਾ ਚਾਹੀਦਾ ਹੈ ਅੱਗੇ ਅਸੀਂ ਕਰ ਵੀ ਰਹੇ ਹਾਂ ਉਹ ਅਸਰ ਨਹੀਂ ਹੋ ਰਿਹਾ ਬਾ ਮੁਕਲ ਅਮਲ ਹੈਗਾ ਜੇ ਅਤੇ ਸੁਰਲ ਫੀਲ ਅਮਲ ਹੈਗਾ ਜਿਹੜਾ ਹੁੰਦਾ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਲੇਕਿਨ ਤੁਸੀਂ ਜਿਹੜਾ ਇਸ ਤਰੀਕੇ ਨਾਲ ਕਰੋਗੇ ਅਤੇ ਹਰ ਕਿਸਮ ਦਾ ਤੁਹਾਡਾ ਇਹਦੇ ਨਾਲ ਕੰਮ ਹੋਵੇਗਾ ਠੀਕ ਹੈ ਕੋਈ ਬੰਦਾ ਤੰਗ ਕਰਦਾ ਹੈ ਉਹਦੇ ਤੁਸੀਂ ਪੜ੍ਹਨਾ ਉਹ ਤੁਹਾਡੇ ਅੱਗੇ ਮੁਹਿੰਮ ਹੋ ਜਾਵੇਗਾ ਠੀਕ ਹੈ ਦੋ ਸ਼ਖਸਾਂ ਦੇ ਵਿੱਚ ਜੁਦਾਈ ਪੈਦਾ ਕਰਨਾ ਚਾਹੀਦਾ ਬਦਕਾਰਾਂ ਦੇ ਵਿੱਚ ਬਦਕਾਰ ਬੰਦੇ ਦੀ ਕੋਈ ਦੋਸਤੀ ਚੜਾਉਣੀ ਹੋਵੇ ਤੁਸੀਂ ਉਹ ਵੀ ਇਹਦੇ ਨਾਲ ਚੜਾਓ ਕਰੋਗੇ ਇਹਨੂੰ ਸਿਰਫ ਰਾਈ ਲੈ ਕੇ ਸਰਫ ਤੋਂ ਕਾਲੀ ਲੈ ਕੇ ਉਹਦੇ ਸਿਰਫ ਇਹਨੂੰ ਸੱਤ ਦਫ਼ਾ ਪੜ੍ਹ ਕੇ ਅਤੇ ਉਹਨਾਂ ਦੇ ਇੱਕ ਦੇ ਘਰ ਸੁੱਟ ਦੇਣੀ ਇਨਸ਼ਾਅੱਲਾ ਤਾਲਾ ਚਾਹੇ ਆਪੋ ਜੋ ਜੁਦਾਈ ਪੈਦਾ ਹੋ ਜਾਏਗੀ ਸੂਰਤ ਫੀਲਸ ਤੁਹਾਨੂੰ ਮੈਂ ਕਿਹਾ ਸੱਤ ਦਫ਼ਾ ਪੜ੍ਹ ਕੇ ਰਾਈ ਲੈ ਕੇ ਰਾਈ ਸਰਸੋਂ ਉਹਦੇ 'ਤੇ ਕੋਈ ਦਸ ਦਾਣੇ ਜਾਂ ਇੰਨੀ ਕੁ ਹੋ ਜਾਏ ਕੋਈ ਚੁਟਕੀ ਪਰ ਹੋ ਜਾਏ ਜਾਂ ਥੋੜ੍ਹੀ ਜ਼ਿਆਦਾ ਹੋ ਜਾਏ ਅਤੇ ਜਾਂ ਫਿਰ ਦੋਸਤੋ ਕਬਰਸਤਾਨ ਦੀ ਮਿੱਟੀ ਲੈ ਲੈਣੀ ਤੁਸੀਂ ਕਬਰਸਤਾਨ ਦੀ ਮਿੱਟੀ ਲੈ ਕੇ ਉਹਦੇ 'ਤੇ ਤੁਸੀਂ ਪੜ੍ਹ ਕੇ ਦੋਨਾਂ ਤੋਂ ਇੱਕ ਘਰ ਸੁੱਟ ਦੇਣੀ ਤੁਸੀਂ ਅਤੇ ਫਿਰ ਦੇਖੋ ਉਹਨਾਂ ਜੁਦਾਈ ਹੋਏਗੀ ਉਹ ਤੁਹਾਨੂੰ ਇਹ ਸਮਝ ਨਜ਼ਰ ਆਏਗਾ ਦੋ ਤਿੰਨ ਦਿਨਾਂ ਵਿੱਚ ਤੁਹਾਨੂੰ ਪਤਾ ਲੱਗੇ ਸਿਰਫ ਇੱਕ ਦਫ਼ਾ ਹੀ ਸੁੱਟਣੀ ਕੋਈ ਜ਼ਿਆਦਾ ਦਫ਼ਾ ਨਹੀਂ ਸੁੱਟਣੀ ਸੁਰ ਦਾ ਫੀਲ ਮੈਂ ਕਹਿ ਰਿਹਾ ਜੀ ਬਾ ਮੋਕਲ ਹੈਗੀ ਜੇ ਹੋਰ ਕਿਸੇ ਦੀ ਤੁਸੀਂ ਜ਼ੁਬਾਨ ਬੰਦ ਕਰਨੀ ਹੋਵੇ ਤਿੰਨ ਰੇਸ਼ਮੀ ਧਾਗੇ ਲੈ ਲੈਣੇ ਤਿੰਨ ਸਿਰਫ ਤਿੰਨ ਤਿੰਨ ਕਿਸਮ ਦੇ ਧਾਗੇ ਲੈ ਕੇ ਨੀਲਾ ਲਾਲ ਕਾਲਾ ਇਹਨਾਂ ਤੁਸੀਂ ਇੱਕ ਦਫ਼ਾ ਪੜ੍ਹ ਕੇ ਉਹਨਾਂ ਦਾ ਨਾਂ ਲੈ ਕੇ ਵੀ ਫਲਾਣੇ ਦੀ ਫਲਾਣੇ ਇਸ ਤਰ੍ਹਾਂ ਜ਼ੁਬਾਨ ਬੰਦ ਹੋ ਜਾਵੇ ਅਤੇ ਤੁਸੀਂ ਉਸ ਟਮਾ ਉਹਨੂੰ ਫੂਕ ਮਾਰ ਕੇ ਗੰਢ ਮਾਰ ਦੇਣੀ ਸੱਤ ਗੰਢਾਂ ਮਾਰਨੀਆਂ ਅਤੇ ਉਹਨਾਂ ਨੂੰ ਕਹਿਣਾ ਐ ਲੈ ਆਪਣੇ ਤੁਸੀਂ ਬਾਜ਼ੂ ਬੰਨ ਲੈਣੀ ਸੱਜੇ ਬਾਜ਼ੂ ਬੰਨੀ ਸੂਰਤ ਫੀਲ ਇੱਕ ਦਫ਼ਾ ਪੜ੍ਹਨੀ ਹੈ ਅਤੇ ਇੱਕ ਗੰਢ ਮਾਰ ਸੱਤ ਗੰਢਾਂ ਮਾਰਨੀਆਂ ਤੁਸੀਂ ਤਿੰਨ ਧਾਗੇ ਲੈਣੇ ਨੇ ਲਾਲ ਕਾਲਾ ਅਤੇ ਨੀਲਾ ਲੈ ਕੇ ਉਹਨਾਂ ਨੂੰ ਤੁਸੀਂ ਇਕੱਠੇ ਕਰਕੇ ਘੱਟ ਘੱਟ ਇੰਨਾ ਕੁ ਲੈ ਲੈਣਾ ਧਾਗਾ ਤੁਸੀਂ ਜਿਹੜਾ ਤੁਹਾਡੇ ਬਾਜ਼ੂ 'ਤੇ ਬੱਜੇ ਅਤੇ ਉਹਨੂੰ ਤੁਸੀਂ ਇੱਕ ਦਫ਼ਾ ਸੂਰਤ ਫੀਲ ਪੜ੍ਹਨੀ ਹੈ ਉਹਦੇ ਬਾਅਦ ਮੌਕੇ ਜਿਹੜੇ ਤੁਹਾਨੂੰ ਪੜ੍ਹ ਕੇ ਦੱਸਾਂ ਅਤੇ ਇਹਨੂੰ ਤੁਸੀਂ ਪੜ੍ਹ ਕੇ ਉਹਦੇ ਫੂਕ ਮਾਰੋਗੇ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਬਾਜ਼ੂ ਮੰਨ ਲੈਣਾ ਇਨਸ਼ਾਅੱਲਾ ਤਾਲਾ ਉਹਦੀ ਜ਼ੁਬਾਨ ਬੰਦ ਹੋ ਜਾਏਗੀ ਲੋ ਫਿਰ ਦੋਸਤੋ ਹੋਰ ਤਾਂ ਮੈਂ ਇਸ ਤੋਂ ਪਹਿਲੇ ਸੂਰਤ ਫੀਲ ਦੱਸਾਂ ਤੁਹਾਨੂੰ ਮੈਂ ਅਕਸਰ ਕਹਿੰਦਾ ਜਿਹੜਾ ਬੰਦਾ ਵੀ ਜਿਹਦਾ ਜ਼ਿਕਰ ਜਾਰੀ ਹੋ ਚੁੱਕਿਆ ਹੈ ਅੱਲਾ ਅੱਲਾ ਕਰਦਾ ਜਾਂ ਅੱਲਾ ਹੂ ਕਰਦਾ ਜਾਂ ਲਾ ਇਲਾ ਇਲਾ ਹਰ ਵਕਤ ਪੜ੍ਹਦਾ ਉਹਨੂੰ ਜ਼ਿਆਦਾ ਅਮਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਉਹਨੂੰ ਜ਼ਿਆਦਾ ਪੜ੍ਹਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਦੱਸਦਾ ਅਗਰ ਤੁਹਾਡੇ 'ਚ ਤੁਸੀਂ ਚਾਹੁੰਦੇ ਹੋ ਅਸੀਂ ਦੇਖੀਏ ਸਾਡੇ 'ਚ ਨੂਰ ਪੈਦਾ ਹੋਇਆ ਕਿ ਨਹੀਂ ਹੋਇਆ ਇਹ ਤੁਹਾਨੂੰ ਇੱਕ ਤਰੀਕਾ ਦੱਸਣ ਲੱਗਾ ਕਰਕੇ ਤੁਸੀਂ ਇਸ ਤਰ੍ਹਾਂ ਤਰੀਕਾ ਚੈੱਕ ਕਰੋ ਤੁਹਾਡਾ ਜਿਹੜਾ ਅੱਲਾਹੂ ਦਾ ਜ਼ਿਕਰ ਕਰਦਾ ਜਾਂ ਲਾ ਇਲਾ ਦਾ ਪੜ੍ਹਦਾ ਜਾਂ ਇਲਾ ਦਾ ਪੜ੍ਹਦਾ ਹਰ ਵਕਤ ਪੜ੍ਹਨ ਵਾਲਿਆ ਸੇ ਉਹਨੂੰ ਸਿਰਫ ਤਿੰਨ ਦਫ਼ਾ ਪੜ੍ਹਨਾ ਪੈਂਦਾ ਹੈ ਲੇਕਿਨ ਜਿਹੜਾ ਜ਼ਿਆਦਾ ਪੜ੍ਹਦਾ ਉਹਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ ਉਹਨੇ ਸਿਰਫ ਇਸ਼ਾਰਾ ਕਰਨਾ ਹੁੰਦਾ ਹੁਣ ਇਹ ਦੇਖੋ ਅਗਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਮੈਂ ਸਾਡੇ 'ਚ ਨੂਰਾਨੀਅਤ ਆਈ ਹੈ ਤਾਕਤ ਨੂਰ ਪੈਦਾ ਹੋਇਆ ਅਤੇ ਫਿਰ ਦੋਸਤੋ ਤਸਵੀਰ ਲੈ ਲਓ ਜਾਂ ਕੋਈ ਚੀਜ਼ ਲੈ ਜਿਸ ਤਰ੍ਹਾਂ ਮੇਰੇ ਕੋਲ ਇਹ ਛੋਟਾ ਤੱਕੀਆ ਹੈਗਾ ਠੀਕ ਹੈ ਜੀ ਇਹਨੂੰ ਮੈਂ ਲੈ ਕੇ ਇਹਨੂੰ ਤੁਸੀਂ ਇਸ਼ਾਰਾ ਕਰਨਾ ਕਹਿਣਾ ਮੋ ਕੁਛ ਨਹੀਂ ਤੁਸੀਂ ਇਸ ਤਰ੍ਹਾਂ ਇਸ਼ਾਰਾ ਕਰਨਾ ਇਸ ਤਰ੍ਹਾਂ ਇਹ ਵੇਖੋ ਇਸ ਤਰ੍ਹਾਂ ਇਸ਼ਾਰਾ ਕੀਤਾ ਅੱਛੀ ਤਰ੍ਹਾਂ ਦੇਖੋ ਵਿੱਚੋਂ ਜੇ ਅਗਰ ਤੁਸੀਂ ਵਾਕਈ ਨੂਰ ਚੈੱਕ ਕਰਨਾ ਚਾਹੁੰਦੇ ਤਾਂ ਉਹਨਾਂ ਲਈ ਹੈਗਾ ਜੇ ਜਿਹੜਾ ਅੱਲਾਹੂ ਦਾ ਜ਼ਿਕਰ ਜਾਂ ਲਾ ਇਲਾ ਲਾ ਇਲਾ ਅੱਲਾ ਦਾ ਪੜ੍ਹਦਾ ਜ਼ਿਕਰ ਹੈ ਦੇਖੋ ਇਹਨੇ ਰੁਕਣਾ ਨਹੀਂ ਜਿੰਨੇ ਕਿ ਤੁਸੀਂ ਇਸ਼ਾਰਾ ਨਹੀਂ ਕਰੋਗੇ ਇਹ ਦੇਖੋ ਇਸ ਤਰ੍ਹਾਂ ਰੁਕੋਗੇ ਤਾਂ ਰੁਕੇਗਾ ਜੇਕਰ ਤੁਸੀਂ ਇਹਨੂੰ ਕਹਿੰਦੇ ਹੋ ਇਸ ਤਰ੍ਹਾਂ ਹੋਇਆ ਅੱਗੇ ਪਿੱਛੇ ਉੱਤੇ ਦੇਖੋ ਤੁਹਾਡੇ ਇਸ਼ਾਰੇ 'ਤੇ ਚੱਲੇਗਾ ਕੋਈ ਚੀਜ਼ ਦੇ ਲਓ ਕੋਈ ਦੁਨੀਆ ਚੀਜ਼ ਫੜ ਕੇ ਤੁਸੀਂ ਉਹ ਚੈੱਕ ਕਰੋਗੇ ਤੁਹਾਡੇ ਜੇਕਰ ਹੈ ਨੂਰ ਤਾਂ ਫਿਰ ਦੇਖੋ ਉਸ ਤਰ੍ਹਾਂ ਹੀ ਉਹ ਤੁਹਾਡੇ ਦੇਹ ਦੇ ਮੁਤਾਬਕ ਉਹ ਚੱਲੇਗਾ ਸਿਰਫ ਸੋਚਣਾ ਹੈ ਤੁਸੀਂ ਮੂੰਹ ਨਹੀਂ ਕਹਿਣਾ ਸਿਰਫ ਇਸ਼ਾਰਾ ਕਰਨਾ ਦੇਖੋ ਬਸ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ਼ਾਰਾ ਕਰਨਾ ਰੁਕ ਜਾਣਾ ਅਤੇ ਸਮਝ ਲਓ ਤੁਹਾਡੇ ਹੱਥਾਂ ਪੈਰਾਂ 'ਚ ਨੂਰ ਪੈਦਾ ਹੋ ਚੁੱਕਿਆ ਹੈ ਅੱਲਾਹੂ
का जिक्र करने वाले बंदे की मैं तुम दस रहा जो अल्लाह का जिक्र करता हर वक्त उन्हूं ज़्यादा पता नहीं पढ़ना पैंता उन्हें सिर्फ तसव्वुर ही करना होंगे कहना ही होंगे सिर्फ तो उस वक्त वो की काम अपना करना शुरू कर देंगे ने लो दोस्तों यह तुम दसदा जो अल्लाह का जिक्र करता है उन्होंने ही तुम दसा अपना अजमान वास्ते चैक करने वास्ते भी साढ़े नूर बनया कि नहीं बनया हूँ तुम मैं सूरत फील पढ़ के दसना जी तुम्हें पढ़नी जिस अमल ही करना है तुम्हें करना बिस्मिल्लाहिर्रहमानिर्रहीम अलम तारा कैफा या जिबरा ईलो फा आला रबू का शमशा ईला बेसहाबिल फील यकन का ईलो अलम या जल कैद हम यारो मा ईलो फी तजली या मै का ईलो व अरसला अलहिम तैरन अब बीलो या सर मा ईलो तर मिन बेहजारा तिम बा बदू हो या बदू हो मिन सजीन या कफ का ईलो फज आल हम कस फिम मकूल यह सूरत फील है जी जै मैं बा बदू कह इन बा बदू या बदू पढ़ना है ठीक है तो इनू तुम पढ़ के जिस तरह तुम तरीका दसा उस तरह तुम करो तो हर काम करेगी अगर कोई मुश्किल पेश आ गई है नहीं जानती भी इनू सुबह की नमाज पढ़ के इनू सिर्फ 20 दफा पढ़ो तो दुआ करो अल्लाह के तुहाड़ी दुआ कबूल होएगी अगे पिछे दोष ही पढ़ना जे और दोस्तों तुम दसदा जोड़ा बंदा शुरू कर ले पढ़ना उन्हें छड़ना नहीं बाद बा मोकल में जोड़ा भी वो छड़े ना बाद रजे का शिकार हो जाता बंदा और दुरुस्ती पढ़ना जो और इजाजत लैनी बड़ी जरूरत है इजाजत लैके पढ़ोगे तो फिर कामयाबी कामयाबी फिर डर भी कोई नहीं खतरा भी कोई नहीं जो फिर दोस्तों इस वीडियो में सब्सक्राइब भी करो लाइक करो और शेयर भी करो और लाइक जरूर करो जो फिर अस्सलाम वालेकुम।